मैं हूँ नागिन, और मैं चूतिया हूँ हरे कलर का, जिसने लेनी है ले लो। भाई साहब इंडियन टीवी ड्रामे अनुभाया जाता है नागराउंड जिस टाइम वट चढ़ते हैं वड़े तो वड़े जानवर जिन भूत हर एक ना लड़ पेंदियां, वो भी हल्कियां कुत्तियां दी तरह जी। पर बाबा जी ऐसे नागन के सामने जिस टाइम निक्की जी किरली आउंदी है ना ते इहदे लोड़े लग जांदे। इन्हें तो भैन जो नागना की भी बिस्ती करवा दी जी। हां तो फिर मेरे जदीत रिंटर क्यों कैसी ਤੇ ਫਿਰ ਯਾਰੋ ਤੁਸੀਂ ਆਪਣੀ ਜ਼ਿੰਦਗੀ 'ਚ ਬੜੇ ਬੜੇ ਡਰਾਮੇ ਵੇਖੇ, ਘਰਾਂ ਦੇ ਵਿੱਚ ਚੱਲਣ ਵਾਲੇ ਡਰਾਮੇ, ਟੀਵੀ ਤੇ ਚੱਲਣ ਵਾਲੇ ਡਰਾਮੇ, ਸਟੇਜ ਡਰਾਮੇ, ਪਾਕਿਸਤਾਨੀ ਡਰਾਮੇ, ਇੰਡੀਅਨ ਡਰਾਮੇ, ਤੁਰਕੀ ਦੇ ਡਰਾਮੇ, ਫੱਫੇ ਕੁੱਟਣੀ ਵਾਲੇ ਡਰਾਮੇ, ਇਹਨੋ ਜੰਬਾਂ ਵਾਲੀ ਦੇ ਡਰਾਮੇ, ਅਸਗਰ ਪੇਂਚਰਾਂ ਵਾਲੇ ਦੇ ਡਰਾਮੇ, ਜ਼ਫਰ ਮਲੰਗ ਦੇ ਡਰਾਮੇ, ਯੱਕ ਬੱਚੀਆਂ ਦੇ ਡਰਾਮੇ। ਪਰ ਬਾਬਾ ਜੀ ਜਿਹੜੇ ਮੈਂ ਅੱਜ ਦੇ ਡਰਾਮਿਆਂ ਦੇ ਤੁਹਾਨੂੰ ਸੀਨ ਵਹਾਨ ਚੱਲਿਆ, ਉਹਨਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਸਾਡੀ ਤੇ ਦੁਨੀਆ ਹੀ ਬਦਲ ਗਈ। ਵਕਤ ਬਦਲਦੀ ਹੈ, ਜਜ਼ਬਾਤ ਬਦਲਦੀ ਹੈ, ਜ਼ਿੰਦਗੀ ਬਦਲਦੀ ਹੈ। ਤੇ ਨਾਰਮਲ ਡਰਾਮਾ ਤੁਸੀਂ ਜ਼ਿਆਦਾ ਜ਼ਿਆਦਾ ਕੀ ਵੇਖਿਆ ਹੋਏਗਾ? ਸੱਸ ਨੂੰ ਤੇ ਰੰਡੀ ਰੋਣਾ, ਜਨਾਨੀ ਬੰਦੇ ਦੀਆਂ ਲੜਾਈਆਂ, ਕੁਝ ਚਾਚੇ ਬਾਬੇ, ਕੁਝ ਸ਼ੈਤਾਨੀ ਬੱਚੇ। ਹਾਂ ਇੱਕ ਸਪੈਸ਼ਲ ਚੀਜ਼ ਹੁੰਦੀ ਹੈ ਨਾ ਡਰਾਮੇ, ਇੱਕ ਅੱਧ ਔਤਰੀ ਜਨਾਨੀ, ਉਸ ਵਿਚਾਰੀ ਜਨਾਨੀ ਨੂੰ ਪੂਰੇ ਡਰਾਮੇ ਦੇ ਵਿੱਚ ਇੰਨੀਆਂ ਕੋ ਗਾਲਾਂ ਪੈਂਦੀਆਂ ਨੇ, ਇੰਨੀਆਂ ਕੋ ਗਾਲਾਂ ਪੈਂਦੀਆਂ ਨੇ ਯਾਰੋ, ਇੰਨੀਆਂ ਗਾਲਾਂ ਸਾਡੇ ਪਾਕਿਸਤਾਨ ਦੇ ਲੀਡਰਾਂ ਨੂੰ ਪੈਂਦੀਆਂ ਜਿੰਨੀਆਂ ਉਸ ਕੱਲੀ ਔਤਰੀ ਜਨਾਨੀ ਨੂੰ ਪੈ ਜਾਂਦੀਆਂ ਨੇ ਜੀ। ਹਾਂ ਨਹੀਂ ਤੂੰ ਵੇਖਿਆ ਉਸ ਰਾਤ ਵਾਲੇ ਐਪੀਸੋਡ ਦੇ ਵਿੱਚ ਉਸ ਕੰਜਰੀ ਨੇ, ਉਸ ਕੁੱਤੀ ਨੇ, ਉਸ ਬਦਮਾਸ਼ ਜਿਹੜੀ ਉਹ ਖੋਤੀ ਦੀ ਬੱਚੀ, ਉਸ ਆਇਸ਼ਾ ਵਿਚਾਰੀ ਨੂੰ ਜ਼ਹਿਰ ਖਵਾ ਦਿੱਤਾ। ਨਹੀਂ ਮੈਨੂੰ ਤੇ ਰਾਤ ਦੀ ਟੈਨਸ਼ਨ ਲੱਗੀ ਜੇ ਵਿਚਾਰੀ ਕਿਤੇ ਮਾਰੀ ਨਾ ਜਾਵੇ। ਨਹੀਂ 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 ਕੁਝ ਨਹੀਂ ਹੁੰਦਾ ਉਹਨੂੰ, ਤੁਸੀਂ ਦੋਵੇਂ ਤੇ ਪਾਗਲ ਹੋ। ਉਹ ਹੀ ਤੇ ਡਰਾਮੇ ਦੀ ਹੀ ਹੋਏ, ਜੇ ਉਹ ਹੀ ਮਰ ਜੇ ਕਿਤੇ ਡਰਾਮਾ ਹੀ ਨਾ ਖਤਮ ਹੋ ਜਾਏ। ਕੁਝ ਨਹੀਂ ਹੁੰਦਾ ਉਹਨੂੰ, ਟੈਨਸ਼ਨ ਨਾ ਲਓ, ਬਚੇਗੀ। ਵੇਖਿਆ ਜੇ ਅੱਜ ਰਾਤ ਵਾਲੇ ਐਪੀਸੋਡ 'ਚ ਉਹਨੂੰ ਕੁਝ ਵੀ ਨਹੀਂ ਹੋਣਾ। ਨਹੀਂ ਮੇਰੀ ਮੰਨੋ, ਤੁਸੀਂ ਗੱਡੀ ਕਰਾ ਕੇ ਉਹਦੇ ਕੋਲ ਹੀ ਟੁਰ ਜਾਓ, ਉਹਨੂੰ ਹਸਪਤਾਲ ਹੀ ਲੈ ਜਾਓ। ਮਤਲਬ ਵੱਡਾ ਖੁੱਲੀ ਡੁੱਲੀ ਪੈ ਯਾਰੋ, ਪੈਸੋ ਜੀਬੋ ਗਰੀਬ ਹੀ ਪੈਣੀ ਹੈ ਕਿ ਆਲੇ ਫੱਟੇ ਡਾ ਕੇ ਬੈਠੀਆਂ। ਫਿਰ ਯਾਰੋ ਹਰ ਇੱਕ ਯਕੀ ਨੂੰ ਸਾਈਡ ਤੇ ਕਰੋ ਤੇ ਆਪਣੇ ਕੰਨਾਂ 'ਚ ਹੈਂਡ ਫਰੀ ਧੁੰਨ ਲਵੋ। ਠੀਕ ਹੈ ਤੇ ਫਿਰ ਆਪਣੇ ਪਾਕਿਸਤਾਨੀ ਡਰਾਮੇ ਤੇ ਨਾਰਮਲ ਹੀ ਹੁੰਦੇ ਨੇ, ਏਡੀਆਂ ਯਕੀਆਂ ਯੁਕੀਆਂ ਕੋਈ ਨਹੀਂ ਹੁੰਦੀਆਂ। ਲੇਕਿਨ ਵਾਹ ਇੰਡੀਅਨ ਡਰਾਮੇ ਐਸੇ ਨੇ ਜਿਨ੍ਹਾਂ ਦੇ ਵਿੱਚ ਸਿਆਪਾ ਕੁੱਟ ਕੇ ਭਰੀ ਜਾਂਦੇ, ਵਿੱਚ ਫੁੱਲ ਕੋਸ਼ਿਸ਼ ਕੀਤੀ ਜਾਂਦੀ ਕਿ ਵੇਖਣ ਵਾਲਿਆਂ ਨੂੰ ਫੁੱਲ ਰਗੜ ਕੇ ਚੂਤੀਆਂ ਬਣਾਇਆ ਜਾਏ। ਇੰਡੀਅਨ ਡਰਾਮਿਆਂ ਦੇ ਵਿੱਚ ਤੁਹਾਨੂੰ ਸੱਪ, ਨਿਓਲੇ, ਲਾਗਣਾ, ਬਿੱਛੂ, ਕੇਕੜੇ, ਕਿਰਲੇ, ਗਿਰਗਟ, ਕਿਰਲੀਆਂ, ਨਿਓਲੇ, ਇਹਨਾਂ ਦੇ ਨਾਲ ਦੇ ਹਰ ਕਿਸਮ ਦੇ ਕੀੜੇ ਵੇਖਣ ਨੂੰ ਲੱਭਣਗੇ ਜੀ। ਪਰ ਲੌਜੀਕ ਭਾਈ ਸਾਹਿਬ, ਲੌਜੀਕ ਤੁਹਾਨੂੰ ਛੱਕੂ ਵੀ ਨਜ਼ਰ ਨਹੀਂ ਆਏਗਾ। ਕਿਉਂਕਿ ਅਗਰ ਲੌਜੀਕ ਆ ਗਿਆ ਤਾਂ ਫਿਰ ਉਹਨੂੰ ਇੰਡੀਅਨ ਡਰਾਮਾ ਕੌਣ ਕਹੇਗਾ? ਸਹੀ ਬਾਤ ਹੈ। ਪਹਿਲੇ ਹੀ ਸੀਨ ਦੇ ਵਿੱਚ ਬੱਚੀ ਦੀ ਸਾੜੀ ਦਾ ਪੱਲੂ ਪਤਾ ਨਹੀਂ ਕਿਹੜੀ ਮਸ਼ੀਨ ਦੇ ਪਹੀਏ 'ਚ ਆ ਜਾਂਦੇ, ਬਕਚੋਦੀ ਸਟਾਰਟ ਹੋ ਜਾਂਦੀ। ਵਾਹ ਜੀ ਵਾਹ, ਮਤਲਬ ਕਿ ਅੱਜ ਤਾਂ ਫੁੱਲ ਚਸ ਆ ਗਿਆ, ਅੱਜ ਸਾਨੂੰ VPN ਆਨ ਕਰਨ ਦੀ ਵੀ ਲੋੜ ਕੋਈ, ਅੱਜ ਸਾਨੂੰ ਇੰਡੀਅਨ ਡਰਾਮੇ ਦੇ ਵਿੱਚ ਸਭ ਕੁਝ ਵਹਾਇਆ ਜਾਏਗਾ। ਫਿਰ ਵੈਲਡਿੰਗ ਵਾਲੀਆਂ ਐਨਕਾਂ ਪਾ ਲਓ ਤੇ ਬਸ ਦੁਆ ਕਰੋ ਕੋਈ ਵੀ ਚੂਤੀਆ ਬੰਦਾ ਇਸ ਮਸ਼ੀਨ ਨੂੰ ਬੰਦ ਨਾ, ਕਿਉਂਕਿ ਮਸ਼ੀਨ ਚੱਲਦੀ ਰਹੇਗੀ ਤੇ ਉਹਦੀ ਸਾਰੀ ਸਾੜੀ ਲੱਥੇਗੀ ਨਾ। ਮਾਫ ਕਰਨਾ ਮੈਂ। ਅੱਛਾ ਯਾਰੋ, ਤੁਸੀਂ ਸੋਚੋ ਕਿ ਇਹੋ ਜਿਹੇ ਸੀਨ ਇਹਨਾਂ ਨੇ ਡਰਾਮੇ 'ਚ ਕਿਉਂ ਪਾਏ? ਮੈਂ ਦੱਸਣਾ ਵੜ ਜਾਓ, ਮੈਂ ਇੱਥੇ ਚੱਕਣਾ ਮਾਂਜਣ ਆਇਆ, ਆਪਣੇ ਚੈਨਲ ਦੀ TRP ਵਧਾਉਣ। ਇਹੋ ਜਿਹੇ ਸੀਨ ਦਾ ਇਹਨਾਂ ਨੂੰ ਇਹ ਬੈਨੀਫਿਟ ਹੁੰਦਾ ਕਿ ਠਰਕੀ ਲੋਂਡੇ ਵੀ ਇਹਨਾਂ ਤੋਂ ਫੁੱਲ ਸੈਟੀਸਫਾਈ ਰਹਿੰਦੇ ਨੇ। ਆਹਾ, ਤੇ ਉਹ ਵੀ ਫਿਰ ਕਦੀ ਕਦੀ ਇਹਨਾਂ ਦੇ ਡਰਾਮੇ ਦਾ ਸੂਟਾ ਲਾ ਲੈਂਦੇ। ਏ ਅੰਮੀ ਮਾਂ, ਇਹ ਕੀ ਹੋ ਗਿਆ? ਅਰੇ ਕੋਈ ਤਾਂ ਮਦਦ ਕਰੋ ਮੇਰੀ ਮਾਂ। ਇਹ ਤੇ ਤੁਸੀਂ ਇਸ ਮਾਈ ਦੀ ਓਵਰ ਐਕਟਿੰਗ ਚੈੱਕ ਕਰ ਰਹੇ ਹੋ। ਮਤਲਬ ਯਾਰੋ, ਇਸ ਸੋਹਣੀ ਬੱਚੀ ਨੂੰ ਬਚਾਉਣ ਵਾਸਤੇ ਇੱਥੇ ਕਰਨਾ ਕੁਝ ਨਹੀਂ ਪੈਣਾ, ਬਸ ਇੱਕ ਬਟਨ ਬੰਦ ਕਰਨਾ ਪੈਣਾ। ਪਰ ਇੱਥੋਂ ਕਿਸੇ ਵੀ ਚੂਤੀਆਂ ਨੇ ਇਹ ਕੰਮ ਨਹੀਂ ਕਰਨਾ। ਇੱਥੇ ਅਸਲ ਜਿੰਨੇ ਵੀ ਖਲੋਤੇ ਨੇ ਉਹ ਸਾਰੇ ਅਲਟਰਾ ਪ੍ਰੋ ਮੈਕਸ ਗਾਂਡੂ। ਵੈਸੇ ਯਾਰੋ, ਮੇਰਾ ਜ਼ਾਤੀ ਮਸ਼ਵਰਾ ਤੇ ਇਹ ਕੋਈ ਬਟਨ ਨਾ ਹੀ ਬੰਦ ਕਰੇ ਤੇ ਚੰਗੀ ਗੱਲ। ਮਤਲਬ ਯਾਰੋ, ਸਾਨੂੰ ਵੀ ਥੋੜੀਆਂ ਜਿਹੀਆਂ ਅੱਖਾਂ ਉਖਾ ਸੇਕ ਲੈਣ ਦਿਓ। ਨਹੀਂ ਯਾਰ, ਮੰਨਿਆ ਚਲੋ ਅਸੀਂ ਤੇ ਹੈ ਹੀ ਠਰਕੀ, ਪਰ ਇਹਨਾਂ ਗਾਂਡਵਾਂ ਦੀ ਤੇ ਮੈਨੂੰ ਕੋਈ ਸਮਝ ਨਹੀਂ ਲੱਗ ਰਹੀ, ਇਹਨਾਂ ਨੇ ਵੱਖਰੇ ਭੈਣ ਯਕੀ ਵਾਲੇ ਫੱਟੇ ਡਾਏ। ਯਾਰੋ, ਤੁਸੀਂ ਇੱਥੇ ਹਿਸਾਬ ਲਾਓ ਇਹਨਾਂ ਸਾਰਿਆਂ ਯੱਕਾਂ ਦਾ। ਉਹਨੂੰ ਵਿਚਾਰੀ ਨੂੰ ਬਚਾਓ, ਕੋਈ ਵੀ ਨਹੀਂ ਰਿਹਾ। ਸਾਰੇ ਆਪਣੀ WhatsApp ਦੇ ਗਰੁੱਪ ਵਾਸਤੇ ਫ੍ਰੀ ਦਾ MMS ਬਣਾਉਣ ਨੂੰ ਜੁੜੇ। ਮੈਨੂੰ ਥੋੜੀ ਬੁੱਧੀ ਦਿਓ। ਕਿਆ ਬਾਤ ਹੈ ਜੀ, ਐਕਟਿੰਗ ਕੀ ਬਾਦਸ਼ਾਹ ਹੋ ਗਏ। ਨਹੀਂ, ਇਸ ਮਾਈ ਦਾ ਹਿਸਾਬ ਲਾ ਰਹੇ ਹੋ? ਲੋਕਾਂ ਦੇ ਰੋਂਦਿਆਂ ਬਾਲਾਂ ਨੂੰ ਲੋਰੀਆਂ ਦੇਣ ਵਾਲੀ ਆਂਟੀ ਹੈ। ਤੈਨੂੰ ਬੁੱਧੀ ਦੀ ਨਹੀਂ ਬਲਕਿ ਸਾਨੂੰ ਇੱਕ ਡੰਡੇ ਦੀ ਲੋੜ ਹੈ, ਉਹ ਵੀ ਵਾਂਸ ਦੇ, ਜਿਹੜਾ ਅਸੀਂ ਤੇਰੇ ਸਿਰ 'ਚ ਮਾਰ ਸਕੀਏ। ਕਿਉਂਕਿ ਬੁੱਧੀ ਸ਼ੁੱਧੀ ਦੇ ਨਾਲ ਤੈਨੂੰ ਅਕਲ ਕੋਈ ਨਹੀਂ ਆਉਣੀ ਜੀ। ਉਹ ਫਕੀਰਾਂ ਦਾ ਸਦਕਾ ਖਾਣ ਵਾਲੀਏ ਮੱਝੇ, ਉਸ ਪੂਰੀ ਮੋਟਰ ਦੇ ਉੱਤੇ ਸਿਰਫ ਇੱਕ ਹੀ ਬਟਨ ਨੇ, ਉਹ ਵੀ ਲਾਲ ਰੰਗ, ਉਹ ਕਿਸੇ ਵੀ ਯੱਕ ਨੇ ਨਹੀਂ ਨੱਪਣਾ। ਕਿਉਂਕਿ ਅਗਰ ਉਹਨੂੰ ਨੱਪ ਦਿੱਤਾ ਫਿਰ ਤੇ ਸਾਰੀ ਚਾਸੀ ਖਰਾਬ ਹੋ ਜਾਣੀ। ਯਾਰੋ, ਇੱਥੇ ਮੈਨੂੰ ਨਾ ਤੇ ਇਸ ਮਾਈ ਤੋਂ ਕੋ ਮਸਲਾ ਹੈ, ਨਾ ਹੀ ਇਸ ਡਿੱਗਣ ਵਾਲੀ ਵਿਦਿਆ ਤੋਂ ਕੋ ਮਸਲਾ, ਨਾ ਹੀ ਇਸ ਬੱਚੀ ਤੋਂ ਕੋ ਮਸਲਾ, ਇੱਥੇ ਤੇ ਮੈਨੂੰ ਬਸ ਇਸ ਮੋਟਰ ਤੋਂ ਮਸਲਾ ਹੈ। ਜੋ ਘੰਟਾ ਹੋ ਗਿਆ ਇਹਨੂੰ ਸਾਲੀ ਨੂੰ ਚਲਦੀ, ਇਸ ਮਰ ਜਾਣੀ ਦੀ ਕੋਲੋਂ ਹਜੇ ਤੱਕ ਇੱਕ ਸਾੜੀ ਨਹੀਂ ਖਿੱਚੀ ਗਈ। ਅਸੀਂ ਇੱਥੇ ਭੈਣ ਚੋ ਵੇਟ ਕਰ ਕੇ ਰੱਦੇ ਰਹਿ ਗਏ ਆ, ਸਮਝ ਰਹੇ ਹੋ? ਵਾਹ ਜੀ ਵਾਹ, ਵੈਸੇ ਕਮਾਲ ਦੀ ਬਵਾਸੀਰ ਸੀ, ਮੈਂ ਨਾ ਕਿ ਲਾਜਵਾਬ। ਹੁਣ ਮੈਂ ਤੁਹਾਨੂੰ ਹਨਾ ਇਹਨਾਂ ਦੇ ਫੁੱਲ ਬਗੈਰਤੀ ਨਾਲ ਭਰੇ ਹੋਏ ਨਹੀਂ, ਮੈਂ ਉਹ ਲੈਪਟਾਪ ਵਾਲੇ ਤੇ ਉਹ ਚਪੇੜ ਵਾਲੇ ਸੀਨ ਦੀ ਗੱਲ ਬਿਲਕੁਲ ਨਹੀਂ ਕਰ ਰਹੇ, ਉਹ ਬਹੁਤ ਪੁਰਾਣੇ। ਅੱਜ ਮੈਂ ਤੁਹਾਨੂੰ ਕੁਝ ਅਲੱਗ ਹੀ ਬਵਾਸੀਰ ਵਹਾਵਾਂ। ਸਰ ਉਨਕੋ ਪਲੀਜ਼ ਕਹੀਏ ਕਿ ਆਪਣਾ ਚੌਪਰ ਲੈਂਡ ਨਾ ਕਰਵਾਏ, ਕ੍ਰੈਸ਼ ਹੋ ਸਕਦਾ ਹੈ। ਉਹ ਭਾਈ ਕੀ ਹੋ ਗਈ, ਥੋੜਾ ਮੂੰਹ ਅੱਡ ਕੀ, ਕੋਈ ਡੰਡਾ ਛੰਡਾ ਵੜ ਗਈ। ਚਲੋ ਯਾਰ, ਖੈਰ ਜੋ ਵੀ ਹੈ, ਗਰੀਬ ਦਾ ਭਰਾ ਮਰ ਗਿਆ, ਫਿਰ ਇੰਨਾ ਕੋ ਦੁਖੀ ਹੋਣਾ ਤੇ ਬੰਦਾ ਹੈ ਜੀ। ਯਾਰ, ਉਹਨੂੰ ਸਦਮਾ ਲੱਗਾ, ਫਿਰ ਇਹਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਕੋਈ 2 ਮਿੰਟ ਦੇ ਲਈ ਬਦਵਾ ਕਰ
ਜੋਗੀਆਂ ਮਾਰਦਾ ਰਿਹਾ ਉਹ ਸਰਾਸਰ ਝੂਠ ਨੇ ਮਰੇ ਵੇ ਲੋਕ ਵਾਪਸ ਨਹੀਂ ਆਉਂਦੇ ਸੋਇਆ ਬੁਰੀ ਖਬਰ ਹੈ ਨਾ ਮੈਂ ਆਪਣੇ ਪਤੀ ਨੂੰ ਬਚਾ ਨਹੀਂ ਪਾਇਆ ਓਏ ਹੋਏ ਹੋਏ ਵਿਚਾਰੀ ਦਾ ਬੰਦਾ ਮਰ ਗਿਆ ਯਾਰ ਐਤਕੀ ਸਾਡਾ ਦਿਲੋਂ ਅਫਸੋਸ ਕਰਨਾ ਬੰਦਾ ਇਹ ਵਿਚਾਰੀ ਤੇ ਜਵਾਨੀ 'ਚ ਵਿਧਵਾ ਹੋ ਗਈ नहीं वैसे आपस की गल है इस गल का मतलब हो कैसा तेरा बांसुरी दी आखरी मोरी वर्गा मुंह सारी अखां खोल के चेक कर डॉक्टर है नहीं तीनों की चूतिया लग रहे हैं खुदे कौन है आप ये बोलने वाले कि आप मेरे पति को बचा नहीं डॉक्टर भाई तू मेरी मन पता की कर तू इथों निकल तेरा अस्पताल च कोई काम नहीं है तू जाके कुछ छोलियां छोलियां दी रेड़ी ला तेरी इत्थे कुत्ते जी नहीं इज्जत कोई नहीं गजब बेइज्जती है उन्हें मौत के मुंह से निकाल कर मैं लाऊंगी उनका ऑपरेशन ਧਮਾਲ ਪਾਉਣ ਵਾਲੇ ਮਲੰਗ ਦੀ ਜਨਾਨੀਆਂ ਤੂੰ ਮੇਰੇ ਖਿਆਲ ਨਾਲ ਸਹੀ ਤਰ੍ਹਾਂ ਸੁਣਿਆ ਕੋਈ ਨਹੀਂ ਆ ਉਹ ਤੇਰਾ ਬੰਦਾ ਮਰ ਵੜ ਗਿਆ ਜੇ ਮਰੇ ਬੰਦੇ ਜ਼ਿੰਦਾ ਕੋਈ ਨਹੀਂ ਹੁੰਦਾ ਹਲੇ ਆਪਸ ਦੀ ਗੱਲ ਤੂੰ ਉਹਦਾ ਆਪਰੇਸ਼ਨ ਕਿਵੇਂ ਕਰ ਸਕਦੀ ਤੂੰ ਕਿਹੜਾ ਡਾਕਟਰ ਅਗਰ ਤੇ ਇਹ ਜਨਾਨੀ ਵੀ ਆਪਰੇਸ਼ਨ ਕਰ ਸਕਦੀ ਹੈ ਨਾ ਤਾਂ ਫਿਰ ਡਾਕਟਰਾਂ ਨੇ ਡਿਗਰੀਆਂ ਲੋੜੇ ਵਾਸਤੇ ਲਈਆਂ ਯਾਰ ਉਹ ਸਭ ਤੋਂ ਪਹਿਲਾਂ ਤੇ ਇਸ ਡਾਕਟਰ ਨੂੰ ਫੜ ਕੇ ਨਾ ਕੁੱਟੋ ਅਜੇ ਥੋੜੀ ਦੇਰ ਪਹਿਲਾਂ ਇਸ ਚੂਤੀਏ ਇਨਸਾਨ ਨੇ ਆਪਣੇ ਮੂੰਹੋਂ ਕਿਹਾ ਕਿ ਤੁਹਾਡਾ ਬੰਦਾ ਰੇੜ ਗਿਆ ਹੁਣ ਉਹਦੇ ਭਰਾ ਨੂੰ ਹੌਸਲੇ ਪੈ ਦਿੰਦਾ ਕੋਈ ਨਹੀਂ ਉਹ ਗਈ ਹੈ ਬਚਾ ਲਿਆਗੀ ਟੈਨਸ਼ਨ ਨਹੀਂ ਲੈ ਮੈਂ ਬਸ ਚੂਤੀਆ ਜਿਹਾ ਡਾਕਟਰ ਹਾਂ ਮੇਰੇ ਕੋਲ ਕਿਹੜਾ ਆਪਰੇਸ਼ਨ ਹੁੰਦਾ ਮੈਂ ਤਾਂ ਬਸ ਵਾਮ ਨੂੰ ਫੁੱਦੂ ਲਾਇਆ ਦੇ ਸਾਲੇ देख लीजिए जाके आपका पेशेंट सांसें ले रहा है What? What the fuck? मेरे पास कोई अल्फाज नहीं है मुझे माफ कर दे आप लोग सारे मुझे छुट्टी दे दे मैं इस दुनिया से छुट्टी चाहता हूँ आप ਭਾਈ ਮੈਨੂੰ ਤਾਂ ਲੱਗਦਾ ਕੋਈ ਬੜਾ ਵੱਡਾ ਪੰਗਾ ਪੈ ਗਿਆ ਤੇ ਬਾਬਾ ਜੀ ਪੂਰੇ ਮੁਲਕ ਦੇ ਸੱਪਾਂ ਨੂੰ ਇਕੱਠਿਆਂ ਕੀਤਾ ਜਾ ਰਿਹਾ ਤੇ ਸੋਚਣ ਵਾਲੀ ਗੱਲ ਤੇ ਇਹ ਵੀ ਕਿ ਸਾਰੀਆਂ ਰਲ ਕੇ ਗੇਮ ਕੀ ਪਾਉਣ ਲੱਗੀਆਂ ਤਾਂ ਮੈਨੂੰ ਤਾਂ ਲੱਗਦਾ ਇਹ ਸਾਲੀਆਂ ਇੱਥੇ ਲਲ ਤੇ ਨਾ ਲੁੱਤਨ ਮਿੱਟੀ ਥੇ ਕਿਉਂਕਿ ਜਿੰਨਾ ਇੱਥੇ ਨੇਲਾ ਹੈ ਨਾ ਯਾਦ ਵੇਲੇ ਤੇ ਲੁੱਤਨ ਮਿੱਟੀ ਥੇ ਦੀ ਜਾ ਸਕਦੀ ਹੈ ਤੇ ਜਾਂ ਫਿਰ ਉਹ ਲਈ ਤਾਂ ਹੋ ਸਕਦਾ ਹੈ ਓਰੇ ਬਾਬਾ ਵਾਹ ਜੀ ਵਾਹ ਦੁਰ ਫਿਟੇ ਮੂੰਹ ਇਹਨਾਂ ਨਾਗਨਾ ਇਹਨਾਂ ਦੋਵਾਂ ਨਾਗਨਾ ਕੋਲੋਂ ਆਇਆ ਦੋ ਟੱਟੂ ਨਹੀਂ ਮਰੇ ਤੇ ਇਹਨਾਂ ਨੇ ਆਪਣੀ ਪੂਰੀ ਫੌਜ ਮੰਗਵਾ ਲਈ ਬੰਦਾ ਪੁੱਛੇ ਸਾਲੀਓ ਤੁਹਾਡੀ ਜ਼ਹਿਰ ਵਾਲੀ ਨਾਲੀ ਸੁੱਕ ਗਈ ਯਾਰ ਉਹ ਕੈਸੀਆਂ ਚੂਤੀਆਂ ਨਾਗਨਾ ਅੱਜ ਤੱਕ ਅਸੀਂ ਚੂਤੀਆਂ ਬੰਦੇ ਤੇ ਬੜੇ ਵੇਖੇ ਸਨ ਅੱਜ ਭੈਣ ਚੋ ਚੂਤੀਆਂ ਨਾਗਨਾ ਵੀ ਵੇਖ ਛੜੀਆਂ ਬਲਕਿ ਇਹ ਵਾਲੀਆਂ ਤੇ ਹੈਵੀ ਚੂਤੀਆਂ ਨਾਗਨਾ ਚ ਹੁੰਦੀਆਂ ਨੇ ਵੈਸੇ ਯਾਰ ਉਹ ਇਹਨਾਂ ਸਿਰ ਖਪਾਉਣ ਤੋਂ ਬਾਅਦ ਫਾਈਨਲੀ ਮੈਨੂੰ ਵੀ ਪਤਾ ਲੱਗ ਗਿਆ ਕਿ ਇੱਕ ਇੰਡੀਅਨ ਟੀਵੀ ਡਰਾਮਾ ਕਿਵੇਂ ਬਣਾਇਆ ਜਾਂਦਾ ਹੈ ਹਾਊ ਟੂ ਮੇਕ ਅ ਇੰਡੀਅਨ ਟੀਵੀ ਸੀ ਫਿਰ ਇੱਕ ਇੰਡੀਅਨ ਟੀਵੀ ਡਰਾਮਾ ਬਣਾਉਣ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਏ ਸਕ੍ਰਿਪਟ ਉਹ ਕੈਰੀ ਕਿੱਧਰ ਰਹਿ ਗਏ ਯਾਰ ਅੱਜੀ ਲੱਗ ਮੇਰਾ ਤੇ ਇੰਡੀਅਨ ਟੀਵੀ ਡਰਾਮਾ ਬਣਾਉਣ ਵਾਸਤੇ ਸਭ ਤੋਂ ਖਾਸ ਚੀਜ਼ ਹੈ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਪੂਰੇ ਡਰਾਮੇ ਦੇ ਵਿੱਚ ਬੈਕ ਸਾਈਡ ਤੇ ਤੁਸੀਂ ਢੋਲ ਦੀ ਤਰ੍ਹਾਂ ਵਜਾਓ ਇਸ ਲਿਸਟ ਦੇ ਵਿੱਚ ਤੁਹਾਡੇ ਕੋਲੋਂ ਧੁੰਮਤਾ ਨਾ 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 ਧੁੰਮਤਾ ਨਾ 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 ਵਾਲਾ ਮਿਊਜ਼ਿਕ ਲਾਜ਼ਮੀ ਹੋਣਾ ਚਾਹੀਦਾ ਜੀ ਜਿਹਦੇ ਤੁਹਾਨੂੰ ਖੁੱਲੇ ਡੁੱਲੇ ਵੜੀਆਂ ਟਲਬ ਜਾਣ ਉੱਥੇ ਇਹ ਵਾਲਾ ਨਹੀਂ ਯਾਰ ਇਹ ਵਿੱਚ ਕਿਧਰੋਂ ਤੁੰਨ ਛੜੀ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਅੱਧੇ ਲੈਣੀ ਹੈ ਸਰੋਂ ਦੇ ਤੇਲ ਦੀ ਸ਼ੀਸ਼ੇ ਜਿਹੜੇ ਚੁੱਤੀਆਂ ਲੋਕ ਨੇ ਉਹ ਤੇ ਸਾਰੇ ਇਹਨੂੰ ਸਿਰ ਤੇ ਲਾਉਂਦੇ ਅਸੀਂ ਇਹਦਾ ਇਸਤੇਮਾਲ ਡਰਾਮੇ ਦੇ ਵਿੱਚ ਘਾਰ ਦੀਆਂ ਬੱਚੀਆਂ ਤੇ ਜਨਾਨੀਆਂ ਨੂੰ ਪੋੜੀਆਂ ਤੋਂ ਡੇਗਣ ਵਾਸਤੇ ਕਰਾਂਗੇ ਕੀ ਬਾਤ ਹੈ ਸਰ ਉਸ ਤੋਂ ਬਾਅਦ ਫਿਰ ਅਸੀਂ ਲੈਣੀ ਹੈ ਇੱਕ ਅੱਧੇ ਖਾਲੀ ਦਵਾਈ ਦੀ ਸ਼ੀਸ਼ੇ ਉਹ ਅਸੀਂ ਕਹਿਣਾ ਕਿ ਜੀ ਇਹ ਜ਼ਹਿਰ ਹੈ ਤੇ ਵੇਖਣ ਵਾਲੀ ਆਵਾਮ ਤੇ ਹੈ ਹੀ ਸਾਲੀ ਚੁੱਤੀਆਂ ਫਿਰ ਉਹਨਾਂ ਨੂੰ ਘੰਟਾ ਵੀ ਫਰਕ ਨਹੀਂ ਪਿਆ ਇਸ ਜ਼ਹਿਰ ਵਾਲੀ ਸ਼ੀਸ਼ੇ ਨੂੰ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਤੇ ਲਾਜ਼ਮੀ ਇਸਤੇਮਾਲ ਕਰਨਾ ਹੈ ਤੇ ਅਫਸੋਸ ਵਾਲੀ ਗੱਲ ਤੇ ਇਹ ਵੀ ਕਿ ਇਸ ਜ਼ਹਿਰ ਵਾਲੀ ਸ਼ੀਸ਼ੇ ਨੇ ਅੱਜ ਤੱਕ ਇੱਕ ਬੰਦਾ ਵੀ ਨਹੀਂ ਮਾਰਿਆ ਉਸ ਤੋਂ ਬਾਅਦ ਫਿਰ ਇੱਕ ਅੱਧੇ ਤੁਸੀਂ 99 ਵਾਲਾ ਦੀਵਾ ਚੁੱਕ ਲੈਣਾ ਹਰ ਭੈਣ ਯਕੀ ਦੇ ਉੱਤੇ ਇਹਨੂੰ ਫੂਕ ਮਾਰ ਕੇ ਤੇ ਬੰਦ ਕਰ ਬਸ ਫਿਰ ਲੋਕਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਇਸ ਜਨਾਨੀ ਦਾ ਜਿਹੜਾ ਬੰਦਾ ਸੀ ਉਹ ਜੀ ਲੋੜੇ ਲੱਗ ਉਸ ਤੋਂ ਬਾਅਦ ਫਿਰ ਇੱਕ ਖੁੱਲਾ ਡੁੱਲਾ ਤੇ ਚੋੜਾ ਪਰਿਵਾਰ ਕਿ ਜਦੋਂ ਵੀ ਕੋਈ ਵੀ ਬਚੋਦੀ ਹੋਵੇ ਅਸੀਂ ਕੱਲੇ ਕੱਲੇ ਬੰਦੇ ਦੇ ਮੂੰਹ ਦੇ ਤੇ ਕੈਮਰਾ ਜ਼ੂਮ ਕਰਕੇ ਲੋਕਾਂ ਦਾ ਟਾਈਮ ਜ਼ਾਇਆ ਕਰ ਜਦੋਂ ਤੁਹਾਨੂੰ ਸਮਝ ਨਾ ਆਵੇ ਕਿ ਹੁਣ ਨੈਕਸਟ ਅਗੋ ਸਟੋਰੀ ਦੇ ਵਿੱਚ ਕੀ ਲਿਆ ਬਸ ਫਿਰ ਜ਼ਿਆਦਾ ਟੈਨਸ਼ਨ ਲੈਣ ਦੀ ਕੋਈ ਲੋੜ ਡਰਾਮੇ ਚ ਕਿਸੇ ਵੀ ਬੰਦੇ ਨੂੰ ਚੁੱਕਿਓ ਤਾਂ ਐਕਸੀਡੈਂਟ ਕਰਵਾ ਕੇ ਤੇ ਉਹਦੀ ਯਾਦਦਾਸ਼ਤ ਦੀ ਫਾਰਮੈਟ ਕਰਵਾ ਦਿਓ ਲੋ ਜੀ ਨਵੀਂ ਬਕਰੋਦੀ ਤਿਆਰ ਫੁੱਦੂ ਆਵਾਮ ਨੂੰ ਐਂਜੀ ਫੁੱਦੂ ਲਾਈ ਰੱਖੋ ਤੇ ਫਿਰ ਤੁਸੀਂ ਵੜ ਜਾਓ ਵੀਡੀਓ ਨੂੰ ਲਾਈਕ ਕਰਾ ਲਈ ਬਸ ਯਾਰ ਅਗਰ ਵੀਡੀਓ ਦੀ ਚਾਹ ਸਹੀ ਹੈ ਵੀਡੀਓ ਨੂੰ ਲਾਈਕ ਤੇ ਅੱਜਕੱਲ ਵੀਡੀਓ ਦੇ ਉੱਤੇ ਤੁਸੀਂ ਅੱਛਾ ਰਿਸਪੌਂਸ ਕੋ ਨਹੀਂ ਦੇ ਰਹੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਸ਼ੇਅਰ ਕਰਨ ਲੱਗਿਆ ਪਤਾ ਨਹੀਂ ਤੁਸੀਂ ਟੁੰਡੇ ਹੋ ਜਾਂਦੇ ਬਾਕੀ ਕਮੈਂਟ ਕਰਕੇ ਦੱਸੋ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਜਿਹੜੇ ਨਵੇਂ ਕਿਆਮ ਪਜ਼ੀਰ ਹੋਏ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਮੈਂ ਮਿਲਾਂਗਾ ਤੁਹਾਨੂੰ ਨੈਕਸਟ ਬਕਚੋਦੀ ਚ ਟਾਟਾ